ਲੁਧਿਆਣਾ ਪੁਲਿਸ ਨੇ 2 ਅਲੱਗ-ਅਲੱਗ ਮਾਮਲਿਆਂ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ACP ਸੰਦੀਪ ਵਡੇਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਦੁਗਰੀ ਦੀ ਪੁਲਿਸ ਪਾਸ ਦੋਸ਼ੀ ਬਲਦੇਵ ਸਿੰਘ ਵਾਸੀ ਬਦਨੀ ਕਲਾ ਦੇ ਖਿਲਾਫ਼ ਉਸਦੇ ਮਾਲਕ ਗੁਲਸ਼ਨ ਕੁਮਾਰ ਨੇ ਮਾਮਲਾ ਦਰਜ ਕਰਵਾਇਆ ਸੀ। ਬਲਦੇਵ ਉਹਨਾਂ ਕੋਲ ਡਰਾਈਵਰ ਦਾ ਕੰਮ ਕਰਦਾ ਸੀ, ਜਿਸ ਨੂੰ ਉਹਨਾਂ ਨੇ 6,50,000 ਰੁਪਏ ਗੱਡੀ 'ਚ ਰੱਖਣ ਨੂੰ ਕਿਹਾ, ਪਰ ਬਲਦੇਵ ਉਹ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਉਸ ਪਾਸੋਂ 6,50,000 ਰੁਪਏ ਬਰਾਮਦ ਕਰ ਲਏ ਹਨ। ਇਸੇ ਤਰ੍ਹਾਂ ਹੀ ਥਾਣਾ ਨੰਬਰ 6 ਦੀ ਪੁਲਿਸ ਆਪਣੇ ਅਧੀਨ ਆਉਂਦੇ ਇਲਾਕੇ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਆਏ ਦਿਨ ਹੀ ਇਲਾਕੇ ਵਿੱਚ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਡਰਾ ਧਮਕਾ ਕੇ ਮੋਬਾਈਲ ਫੋਨ ਆਦਿ ਲੁੱਟ ਖੋਹ ਕਰਦੇ ਸਨ। ਉੱਨੀ ਫਰਵਰੀ ਨੂੰ ਗੁਲਸ਼ਨ ਕੁਮਾਰ ਪੁੱਤਰ ਵਲੈਤੀ ਰਾਮ ਨੇ ਪੁਲਿਸ ਪਾਸ ਕੰਪਲੇਂਟ ਕੀਤੀ ਸੀ ਕਿ ਦੁਗਰੀ ਥਾਣੇ ਦੇ ਜਿਹੜਾ ਅਧੀਨ ਆਉਂਦਾ ਹੈ ਕਿ ਉਹਨਾਂ ਦਾ ਡਰਾਈਵਰ ਹੈ ਬਲਦੇਵ ਸਿੰਘ, ਜੋ 3 ਸਾਲ ਤੋਂ ਉਹਨਾਂ ਦੇ ਕੋਲ ਕੰਮ ਕਰ ਰਿਹਾ ਹੈ, ਉਹਨੇ ਉਹਨੂੰ ਪੈਸੇ ਦਿੱਤੇ ਸੀ ਕਾਰ 'ਚ ਰੱਖਣ ਲਈ 6,50,000 ਰੁਪਈਆ, ਉਹ ਲੈ ਕੇ ਫਰਾਰ ਹੋ ਗਿਆ ਸੀ। ਮਨ 'ਚ ਬੇਈਮਾਨੀ ਆ ਗਈ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਬਲਦੇਵ ਸਿੰਘ ਨੂੰ ਅਰੈਸਟ ਕਰ ਲਿਆ ਹੈ ਅਤੇ ਉਹ 6,59,000 ਰੁਪਏ ਬਰਾਮਦ ਕਰ ਲਿਆ। ਇਹਦੇ ਬਾਰੇ ਕਿਉਂਕਿ ਇਹ ਰਹਿਣ ਵਾਲਾ ਹੈਗਾ ਬਦਨੀ ਕਲਾਂ ਦਾ, ਇਹਦੇ ਬਾਰੇ ਉਸ ਮੁਤਲਕਾ ਥਾਣੇ ਤੋਂ ਇਹਦਾ ਰਿਕਾਰਡ ਮੰਗਵਾਇਆ ਹੈ, ਪੜਤਾਲ ਕਰ ਰਹੇ ਹਾਂ, ਪਤਾ ਲੱਗ ਜਾਏਗਾ ਵੀ ਇਹ ਆਲਰੇਡੀ ਇੱਥੇ ਫਿਲਹਾਲ ਇਹਦੇ ਇਹਨੇ ਕੋਈ ਨਹੀਂ ਦੱਸਿਆ ਹੈਗਾ, ਪਰ ਇਹਦਾ ਰਿਕਾਰਡ ਪੜਤਾਲ ਕਰ ਰਹੇ ਹਾਂ। ਕੱਲ੍ਹ ਡਿਵੀਜ਼ਨ ਨੰਬਰ 6 SHO ਅਮਰਜੀਤ ਦੀ ਪੁਲਿਸ ਪਾਰਟੀ ਨੇ 2 ਬੰਦੇ ਅਰੈਸਟ ਕੀਤੇ, ਇੱਕ ਮੌਕੇ ਤੋਂ ਭਗੌੜਾ ਹੋ ਗਿਆ, ਜਿਹਨੂੰ ਅਸੀਂ ਜਲਦੀ ਅਰੈਸਟ ਕਰਾਂਗੇ, ਜਿਨ੍ਹਾਂ ਦੇ ਕੋਲੋਂ ਚੋਰੀ ਕੀਤੇ ਹੋਏ 2 ਮੋਟਰਸਾਈਕਲ ਅਤੇ ਸਨੈਚ ਕੀਤੇ ਮੋਬਾਈਲ ਬਰਾਮਦ ਹੋਏ ਆ। ਤਹਿਕੀਕਾਤ ਚੱਲ ਰਹੀ ਹੈ, ਪਤਾ ਲਾਇਆ ਜਾ ਰਿਹਾ ਵੀ ਇਹਨਾਂ ਨੇ ਜਿਹੜੀ ਸਨੈਚ ਕਿਹੜੇ ਕਿਹੜੇ ਇਲਾਕੇ 'ਚੋਂ ਕਿਹਦੇ ਕਿਹਦੇ ਉਪਰੋਕ ਕੀਤੀ ਹੈ। ਇਹ ਇਹਨਾਂ ਦੀ ਇਹ ਮੌਰਸ ਪਿੰਡੀ ਸੀ, ਇਹ ਦੋਨੋਂ ਹੀ ਐਡਿਕਟਡ ਹਨ, ਨਸ਼ਾ ਕਰਦੇ ਆ ਅਤੇ ਉਹ ਆਪਣੇ ਨਸ਼ੇ ਦੀ ਭਰਪਾਈ ਲਈ ਇਹ ਸਨੈਚਿੰਗ ਕਰਦੇ। ਇਹ ਦੋਨੋਂ ਹੀ ਜਿਹੜੇ ਪਕੜੇ ਗਏ, ਇਹਨਾਂ ਦੇ ਆਲਰੇਡੀ ਮੁਕੱਦਮੇ ਦਰਜ ਆ ਅਲੱਗ ਅਲੱਗ ਥਾਣਿਆਂ ਦੇ ਵਿੱਚ, ਔਰ ਦੋਨੋਂ ਹੀ ਬੰਦੇ ਸਨੈਚਿੰਗ ਹੀ ਕਰਦੇ ਆ, ਬਾਹਰ ਆਉਂਦੇ ਫਿਰ ਇਹੀ ਕੰਮ ਕਰਨ ਲੱਗ ਜਾਂਦੇ ਆ। ਕੈਮਰਾਮੈਨ ਟਿੰਕੂ ਦੇ ਨਾਲ ਬਿਊਰੋ ਰਿਪੋਰਟ, KDT ਨਿਊਜ਼ TV, ਲੁਧਿਆਣਾ।